ਤਾਂ ਦੱਸ ਦਿਓ ਕਿ ਸੜਕ 'ਤੇ ਵੱਡਾ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਕਾਰ ਦੇ ਵਿੱਚ 3 ਲੋਕ ਸਵਾਰ ਹੋ ਕੇ ਜਾ ਰਹੇ ਹੁੰਦੇ ਆ ਤਾਂ ਸੰਤੁਲਨ ਵਿਗੜਦਾ ਕਾਰ ਦਾ, ਜਿਸ ਤੋਂ ਬਾਅਦ ਇਹ ਪੁਲ ਦੀ ਰੇਲਿੰਗ 'ਤੇ ਜਾ ਵੱਜਦੀ ਹੈ ਜਿਸ ਕਾਰਨ ਇੱਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਲੋਕ ਇਸ ਦੇ ਵਿੱਚ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਇਸ ਹਾਦਸੇ ਦੇ ਵਿੱਚ ਦੱਸਦੀ ਹੈ ਕਿ ਮਹਿਲਾ ਦਾ ਸਿਰ ਫਟ ਗਿਆ ਸੀ, ਜਿਸ ਤੋਂ ਬਾਅਦ ਮੌਕੇ 'ਤੇ ਕਾਫੀ ਭੀੜ ਲੱਗ ਜਾਂਦੀ ਹੈ ਅਤੇ ਜਾਮ ਵੀ ਲੱਗ ਜਾਂਦਾ, ਤਾਂ ਲੋਕ ਇਕੱਠੇ ਹੋ ਜਾਂਦੇ ਆ। ਤਾਂ ਹਾਦਸੇ ਤੋਂ ਤੁਰੰਤ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚਦੀ ਹੈ ਤਾਂ ਜ਼ਖਮੀਆਂ ਨੂੰ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ। ਤਾਂ ਮੌਕੇ 'ਤੇ ਵੇਖ ਸਕਦੇ ਹੋ ਇਹ ਤਸਵੀਰਾਂ ਨੇ ਜਿੱਥੇ ਕਿ ਇਹ ਵੱਡਾ ਹਾਦਸਾ ਹੋਇਆ, ਤਾਂ ਕਾਰ ਦਾ ਵੇਖ ਸਕਦੇ ਹੋ ਕੀ ਹਾਲ ਹੋਇਆ, ਕਾਰ ਬਿਲਕੁਲ ਖਤਮ ਹੋ ਚੁੱਕੀ ਹੈ, ਤਾਂ ਅੱਗੇ ਵਾਲੇ ਹਿੱਸੇ ਤੋਂ ਲੱਗ ਹੀ ਨਹੀਂ ਰਿਹਾ ਕਿ ਇਹ ਘਰ ਹੈ, ਜਦਕਿ ਪਿੱਛੇ ਤੋਂ ਵੇਖ ਕੇ ਪਤਾ ਲੱਗਦਾ ਕਿ ਇਹ ਘਰ ਸੀ। ਤਾਂ ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਹਾਦਸਾ ਸੀ, ਬਿਲਕੁਲ ਖਤਮ ਹੋ ਚੁੱਕੀ ਹੈ ਇਹ ਕਾਰ ਜਿਸ ਦੇ ਵਿੱਚ 3 ਲੋਕ ਸਵਾਰ ਸੀ ਅਤੇ ਇੱਕ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜਿਨ੍ਹਾਂ ਨੂੰ ਕਿ ਸੜਕ ਸੁਰੱਖਿਆ ਫੋਰਸ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਹੈ। ਤਾਂ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ, ਉਹਨਾਂ ਵੱਲੋਂ ਤੁਰੰਤ ਜਾਮ ਕਲੀਅਰ ਕਰਵਾ ਕੇ ਰੋਡ ਨੂੰ ਦੁਬਾਰਾ ਚਾਲੂ ਕੀਤਾ ਜਾਂਦਾ। ਤਾਂ ਦੱਸ ਦਈਏ ਕਿ ਕੀਰਤਪੁਰ ਸਾਹਿਬ ਦੇ ਨਜ਼ਦੀਕ ਇਹ ਹਾਦਸਾ ਹੋਇਆ ਜਿੱਥੇ ਕਾਰ ਸੰਤੁਲਨ ਖੋਣ ਤੋਂ ਬਾਅਦ ਪੁਲ ਦੀ ਰੇਲਿੰਗ 'ਚ ਜਾ ਵੱਜਦੀ ਹੈ, ਜਿਸ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ। 2 ਜਨਾਨੀ ਇੱਕ ਬੰਦਾ। ਅੱਛਾ ਜੀ, ਤਿੰਨੇ ਜ਼ਖਮੀ ਆ, ਕਿਆ ਲੱਗਦਾ? ਇੱਕ ਮਰ ਗਿਆ, 2 ਸਹੀ ਹੈ। ਅੱਛਾ, ਦੇਖਿਆ ਕਿੱਦਾਂ ਹੋਇਆ ਹਾਦਸਾ, ਕੋਈ ਪਤਾ ਲੱਗਿਆ? ਕੋਈ ਪਤਾ ਨਹੀਂ। ਇਹ ਜਿਹੜਾ ਹਾਦਸਾ ਹੋਇਆ ਕਿੱਦਾਂ ਹੋ ਗਿਆ? ਇਹ ਇੱਧਰ ਤਾਂ ਜਾਂਦੇ ਵੱਜ ਗਏ ਜੀ, ਨਾਲ ਕਾਹਦੇ ਨਾਲ ਵੱਜਿਆ ਜੀ? ਹਾਂ, ਕਲਵਟ ਨਾਲ ਵੱਜ ਗਏ। ਅੱਛਾ ਜੀ, ਹਾਂਜੀ। ਬੰਦੇ ਕਿੰਨੇ ਕੁ ਜ਼ਖਮੀ? 3 ਬੰਦੇ, 2 ਦਾ ਇੱਕ ਦੇ ਮੌਕੇ 'ਤੇ ਗਏ, 2 ਬੰਦੇ ਜ਼ਖਮੀ ਹੈ। ਅੱਛਾ, ਇੱਕ ਜਨਾਨੀ, ਇੱਕ ਮਾਰਦ ਦਿਲਿਆਵਰ। ਸਾਨੂੰ ਪਤਾ ਲੱਗਿਆ ਜਿਹੜੇ ਨਾ ਵੀ ਇੱਥੇ ਇੱਕ 2 ਬੰਦੇ ਜ਼ਖਮੀ ਹੋ ਗਏ ਅਨੰਦਪੁਰ ਸਾਹਿਬ ਭੇਜਦੇ ਹਸਪਤਾਲ, ਇੱਕ ਲੇਡੀਜ਼ ਦੀ ਡੈਥ। ਕਿੰਨੇ ਕੁ ਵਜੇ ਤੁਹਾਨੂੰ ਪਤਾ ਲੱਗਿਆ? ਟਾਈਮ ਤਾਂ ਅਸੀਂ ਨੋਟ ਨਹੀਂ ਕੀਤਾ, ਥੋੜ੍ਹੀ ਦੇਰ ਦੀ ਗੱਲ, 5-7 ਮਿੰਟ 'ਚ ਅਸੀਂ ਇੱਥੇ ਆ ਗਏ, 5 ਕੁ ਮਿੰਟ 'ਚ ਮੈਂ ਫਿਰ ਤਕਰੀਬਨ ਕੀਰਤਪੁਰ ਸਾਹਿਬ ਦੇ। ਤਾਂ ਦੱਸ ਦਿਓ ਕਿ ਸੜਕ 'ਤੇ ਵੱਡਾ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਕਾਰ ਦੇ ਵਿੱਚ 3 ਲੋਕ ਸਵਾਰ ਹੋ ਕੇ ਜਾ ਰਹੇ ਹੁੰਦੇ ਆ ਤਾਂ ਸੰਤੁਲਨ ਵਿਗੜਦਾ ਕਾਰ ਦਾ, ਜਿਸ ਤੋਂ ਬਾਅਦ ਇਹ ਪੁਲ ਦੀ ਰੇਲਿੰਗ 'ਤੇ ਜਾ ਵੱਜਦੀ ਹੈ ਜਿਸ ਕਾਰਨ ਇੱਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਲੋਕ ਇਸ ਦੇ ਵਿੱਚ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਤਾਂ ਇਸ ਹਾਦਸੇ ਦੇ ਵਿੱਚ ਦੱਸਦੀ ਹੈ ਕਿ ਮਹਿਲਾ ਦਾ ਸਿਰ ਫਟ ਗਿਆ ਸੀ, ਜਿਸ ਤੋਂ ਬਾਅਦ ਮੌਕੇ 'ਤੇ ਕਾਫੀ ਭੀੜ ਲੱਗ ਜਾਂਦੀ ਹੈ ਅਤੇ ਜਾਮ ਵੀ ਲੱਗ ਜਾਂਦਾ, ਤਾਂ ਲੋਕ ਇਕੱਠੇ ਹੋ ਜਾਂਦੇ ਆ। ਤਾਂ ਹਾਦਸੇ ਤੋਂ ਤੁਰੰਤ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚਦੀ ਹੈ ਤਾਂ ਜ਼ਖਮੀਆਂ ਨੂੰ ਪਹਿਲਾਂ ਮੁੱਢਲੀ ਸਹਾਇਤਾ ਦਿੱਤੀ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ। ਤਾਂ ਮੌਕੇ 'ਤੇ ਵੇਖ ਸਕਦੇ ਹੋ ਇਹ ਤਸਵੀਰਾਂ ਨੇ ਜਿੱਥੇ ਕਿ ਇਹ ਵੱਡਾ ਹਾਦਸਾ ਹੋਇਆ, ਤਾਂ ਕਾਰ ਦਾ ਵੇਖ ਸਕਦੇ ਹੋ ਕੀ ਹਾਲ ਹੋਇਆ, ਕਾਰ ਬਿਲਕੁਲ ਖਤਮ ਹੋ ਚੁੱਕੀ ਹੈ, ਤਾਂ ਅੱਗੇ ਵਾਲੇ ਹਿੱਸੇ ਤੋਂ ਲੱਗ ਹੀ ਨਹੀਂ ਰਿਹਾ ਕਿ ਇਹ ਘਰ ਹੈ, ਜਦਕਿ ਪਿੱਛੇ ਤੋਂ ਵੇਖ ਕੇ ਪਤਾ ਲੱਗਦਾ ਕਿ ਇਹ ਘਰ ਸੀ। ਤਾਂ ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਹਾਦਸਾ ਸੀ, ਬਿਲਕੁਲ ਖਤਮ ਹੋ ਚੁੱਕੀ ਹੈ ਇਹ ਕਾਰ ਜਿਸ ਦੇ ਵਿੱਚ 3 ਲੋਕ ਸਵਾਰ ਸੀ ਅਤੇ ਇੱਕ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਜਿਨ੍ਹਾਂ ਨੂੰ ਕਿ ਸੜਕ ਸੁਰੱਖਿਆ ਫੋਰਸ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਹੈ। ਤਾਂ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ, ਉਹਨਾਂ ਵੱਲੋਂ ਤੁਰੰਤ ਜਾਮ ਕਲੀਅਰ ਕਰਵਾ ਕੇ ਰੋਡ ਨੂੰ ਦੁਬਾਰਾ ਚਾਲੂ ਕੀਤਾ ਜਾਂਦਾ।
ਤਾਂ ਦੱਸ ਦਈਏ ਕਿ ਕੀਰਤਪੁਰ ਸਾਹਿਬ ਦੇ ਨਜ਼ਦੀਕ ਇਹ ਹਾਦਸਾ ਹੋਇਆ ਜਿੱਥੇ ਕਾਰ ਸੰਤੁਲਨ ਖੋਣ ਤੋਂ ਬਾਅਦ ਪੁਲ ਦੀ ਰੇਲਿੰਗ 'ਚ ਜਾ ਵੱਜਦੀ ਹੈ, ਜਿਸ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ। ਦੋ ਜਨਾਨੀਆਂ ਇੱਕ ਬੰਦਾ। ਅੱਛਾ ਜੀ, ਤਿੰਨੇ ਜ਼ਖਮੀ ਆ, ਕਿਆ ਲੱਗਦਾ? ਇੱਕ ਮਰਦੀ ਆ, ਦੋ ਸਹੀ ਹੈ। ਅੱਛਾ, ਦੇਖਿਆ ਕਿੱਦਾਂ ਹੋਇਆ ਹਾਦਸਾ? ਕੋਈ ਪਤਾ ਲੱਗਿਆ? ਕੋਈ ਪਤਾ ਨਹੀਂ। ਇਹ ਜਿਹੜਾ ਹਾਦਸਾ ਹੋਇਆ ਕਿੱਦਾਂ ਹੋ ਗਿਆ? ਇਹ ਇੱਧਰ ਤੋਂ ਜਾਂਦੇ ਵੱਜ ਗਏ ਜੀ ਨਾਲ। ਕਾਹਦੇ ਨਾਲ ਵੱਜਿਆ ਜੀ? ਹਾਂ, ਕਲਵਟ ਨਾਲ ਵੱਜ ਗਏ। ਅੱਛਾ ਜੀ। ਹਾਂਜੀ। ਬੰਦੇ ਕਿੰਨੇ ਕੁ ਜ਼ਖਮੀ ਹੈ? ਤਿੰਨ ਬੰਦੇ, ਦੋ ਦਾ ਇੱਕ ਦੇ ਮੌਕੇ 'ਤੇ ਗਏ, ਦੋ ਬੰਦੇ ਜ਼ਖਮੀ ਹੈ। ਅੱਛਾ। ਹਾਂ, ਇੱਕ ਜਨਾਨੀ, ਇੱਕ ਮਾਰਦ ਦਿਲਿਆਵਰ। ਸਾਨੂੰ ਪਤਾ ਲੱਗਿਆ ਜਿਹੜੇ ਨਾ ਬਈ ਇੱਥੇ ਦੋ ਬੰਦੇ ਜ਼ਖਮੀ ਹੋ ਗਏ ਅਨੰਦਪੁਰ ਸਾਹਿਬ ਭੇਜਦੇ ਹਸਪਤਾਲ, ਇੱਕ ਲੇਡੀ ਜੀ ਦੀ ਡੈਥ। ਕਿੰਨੇ ਕੁ ਵਜੇ ਤੁਹਾਨੂੰ ਪਤਾ ਲੱਗਿਆ? ਟਾਈਮ ਤੁਸੀਂ ਨੂੰ ਨਹੀਂ ਕੀਤਾ, ਥੋੜ੍ਹੀ ਦੇਰ ਦੀ ਗੱਲ, ਪੰਜ ਸੱਤ ਮਿੰਟ 'ਚ ਅਸੀਂ ਇੱਥੇ ਆ ਗਏ, ਪੰਜ ਕੁ ਮਿੰਟ ਦੀ ਤਕਰੀਬਨ ਕੀਰਤਪੁਰ ਸਾਹਿਬ ਦੇ।